چکو سبحان اللہ بولے سبحان اللہ پنج اشعار میرے دامن وچ کوشش کرنا پیا کہ میں جو طبیعت دے مطابق پڑھ سکیا تو سب بہت سنے ہیں اور معراج دے حوالے نال بہت ساری گلاں جھڑے سامنے آئیاں حضور دی سنا دے حوالے نال میں ساجد سجدہ بڑی فرمائش نال پڑھدا پیا ساجد سجدہ کر دے را دل ساجد سجدہ کر دے را دل بولو اللہ اللہ کر دے را دل ساجد سجدہ کر دے را دل ساری نظر آ رہے ہیں پنڈال کا اگلا حصہ ہے آج شر پہلے لانو سنانا ہے اگلا حصہ پھر انہوں سنانا ہے احمد سونڈ ماشاء اللہ بڑا سونا جڑا نا وہ اپریٹ کر دے پینے اللہ نا دے اے پیار خلوص مزید اضافہ فرمائے اور اس دے وچ اللہ اور برکتاں عطا فرمائے احمد دے ذکر اس پھر احمد دا سونڈ سبحان اللہ بھائی اے اگلے بندے جڑے بیٹھے نے زندہ نبی دے خادم یارو زندہ نبی دے خادم یارو زندہ نبی دے خادم یارو مردے زندہ کر دے راندے ساجد سجدہ کر دے راندے اللہ اللہ کر دے راندے ساجد سجدہ کر دے راندے جبرائیل لب وی یارو جبرائیل دے لب وی او دے نیڑے تلوار کر دے را دل ساجد سجدہ کر دے را دل حاکم جنت تر حاکم جنت تر جانا ہے حاکم جنت تر جانا ہے نوکر دعوا کر دے راند ساجد سجدہ کر دے راند آقا تیری نین زیارت منگ دینے ہو جاوے ایک بار عنایت منگ دینے ہو جاوے ایک بار عنایت منگ دینے ہو جاوے ایک بار آئی دی رات نال منسلک شیر سارے مرسل اکساں دے وچ اے آقا سارے مرسل اکساں دے وچ اے آقا تیری رب تو پھر امامت منگ دے رے ہائے 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 ہو جاوے ایک بار عنایت اور جڑے 1,24,000 کئی پیغمبر مسجد اقصی چ جمع نے اے دے وچ کوئی ولی نہیں سارے نبی نے
ਤੇ ਹਜ਼ੂਰ ਉਹਨਾਂ ਨਬੀਆਂ ਦੀ ਮਹਿਫਿਲ 'ਚ ਬੈਠੇ ਨੇ ਤੇ ਹੁਣ ਗੱਲ ਸੁਣਨੀ ਜ਼ਰਾ ਐਵੇਂ ਸਮਝ ਲਓ ਕਿ ਸਾਰੇ ਸੋਹਣੇ ਆਏ ਬੈਠੇ ਨੇ ਨਾ ਸੁਭਾਨ ਅੱਲਾਹ ਬੋਲੇ ਤੇਰੀ ਮਰਜ਼ੀ ਹੈ ਜੁਮਲਾ ਵੱਡਾ ਹਜ਼ਮ ਨਾ ਕਰ ਸਾਰੇ ਸੋਹਣੇ ਆਏ ਬੈਠੇ ਨੇ ਹੁਸਨ ਦੀ ਮਹਿਫਲ ਅੰਦਰ ਸੋਹਣਿਆ ਸਭ ਸੋਹਣੇ ਹੁਸਨ ਦੀ ਮਹਿਫਲ ਅੰਦਰ ਸੋਹਣਿਆ ਸਭ ਸੋਹਣੇ ਜਦ ਵੇਖੋ ਬਸ ਤੇਰੀ ਸਦਾ ਰਤ ਮੰਗਣ ਹੋ ਜਾਵੇ ਇੱਕ ਵਾਰ ਇਨਾਇਤ ਮੰਗਦੇ ਨੇ ਬੋਲੋ ਹੋ ਜਾਵੇ ਇੱਕ ਵਾਰ ਇਨਾਇਤ ਮੰਗਦੇ ਨੇ ਹੁਸਨ ਦੀ ਮਹਿਫਲ ਜਿਹੜਾ ਬੰਦਾ ਰਹਿ ਗਿਆ ਉਹ ਰਹਿ ਗਿਆ ਹੁਸਨ ਦੀ ਮਹਿਫਲ ਅੰਦਰ ਸੋਹਣਿਆ ਸਭ ਸੋਹਣੇ ਹੁਸਨ ਦੀ ਮਹਿਫਲ ਅੰਦਰ ਸੋਹਣਿਆ ਸਭ ਸੋਹਣੇ ਜਦ ਵੇਖੋ ਬਸ ਤੇਰੀ ਸਦਾ ਰਤ ਮੰਗਦੇ ਨੇ ਹੋ ਜਾਵੇ ਇੱਕ ਵਾਰ ਇਨਾਇਤ ਮੰਗਦੇ ਨੇ ਅਗਲਾ ਮਿਸਰਾ ਨਹੀਂ ਦੇਣਾ ਐਵੇਂ ਜਬ ਤੱਕ ਤਵੱਜੋ ਨਾ ਹੋ ਜਾਏ ਬਾਈ ਮੇਰੇ ਦੋਸਤ ਨੇ ਫਰਜ਼ ਕਰੋ ਇਸ ਤਰ੍ਹਾਂ ਹੁੰਦਾ ਕਿ ਇਹ ਖਾਣਾ ਖਾ ਰਹੇ ਹੋਣ ਕਿਸੇ ਹੋਟਲ 'ਤੇ ਉੱਤੋਂ ਮੈਂ ਚਲਾ ਜਾਵਾਂ ਅਤੇ ਬਾਈ ਖਾਣਾ ਖਾ ਕੇ ਜਾਵਣ ਵਾਲੇ ਹੋਣ ਅਤੇ ਹੋਟਲ ਵਾਲੇ ਨੂੰ ਕਹਿ ਛੱਡਦੇ ਨੇ ਕਿ ਭਾਈ ਆਗਮ ਸਾਹਿਬ ਆਏ ਨੇ ਅਤੇ ਬਿੱਲ ਨਹੀਂ ਲੈਣਾ ਮੈਂ ਦੇ ਦਿਆਂਗਾ ਇੱਕ ਮਿਸਾਲ ਹੈ ਯਾਨੀ ਮੇਰੇ ਨਾਲ ਇੰਨਾ ਪਿਆਰ ਕਰਦੇ ਨੇ ਕਿ ਆਪਣੀ ਜੇਬ ਖਰਚ 'ਚੋਂ ਮੇਰਾ ਬਿੱਲ ਵੀ ਦਿੱਤੀ ਜਾ ਰਹੇ ਨੇ ਇਹ ਪਿਆਰ ਦੀ ਨਿਸ਼ਾਨੀ ਹੈ ਆਹ ਤੈਨੂੰ ਦੱਸਾਂ ਕਿ ਹੁਸੈਨ ਨੇ ਨਾਨੇ ਦੇ ਦੀਨ ਦਾ ਬਿੱਲ ਕੀ ਭਰਿਆ ਪਿਆਰ ਦੀ ਗੱਲ ਦੱਸਣ ਲੱਗਾ ਕਿੰਨਾ ਪਿਆਰ ਕਰਦਾ ਹੁਸੈਨ ਨਾਨੇ ਨਾਲ ਹੁਸੈਨ ਨੇ ਆਖਿਆ ਨਾਨਾ ਪਰਦੇਸਾਂ ਪਾਕ ਹੁਸੈਨ ਨੇ ਆਖਿਆ ਨਾਨਾ ਪਰਦੇਸਾਂ ਦੀਨ ਦੀ ਦੁਸ਼ਮਣ ਜੋ ਵੀ ਕੀਮਤ ਮੰਗਦੇ ਨੇ ਹੋ ਜਾਵੇ ਇੱਕ ਵਾਰ ਇਨਾਇਤ ਮੰਗਦੇ ਨੇ ਬੋਲੋ ਹੋ ਜਾਵੇ ਇੱਕ ਵਾਰ ਬੰਦਾ ਕਬਰ 'ਚ ਗਿਆ ਫਰਿਸ਼ਤਾ ਪੁੱਛਿਆ ਤੇਰਾ ਰੱਬ ਕਿਹੜਾ ਕਿਹੜੇ ਦੀਨ ਤੇ ਮਰਿਆ ਤੇ ਇਹ ਸ਼ਖਸੀਅਤ ਜਿਹੜੀ ਤੇਰੇ ਸਾਹਮਣੇ ਮੌਜੂਦ ਹੈ ਇਹਦੇ ਬਾਰੇ ਤੇਰਾ ਦੁਨੀਆਂ 'ਚ ਕੀ ਕੀਤਾ ਸੀ ਕਹਿਣ ਲੱਗਾ ਜੀ ਤਿੰਨਾਂ ਸਵਾਲਾਂ ਜਵਾਬ ਵੱਖਰੋ ਵੱਖਰੋ ਦੇਵਾਂ ਜਾਂ ਇੱਕੇ ਵਾਰੀ ਇੱਕੇ ਜੁਮਲੇ ਸਾਰਾ ਜਵਾਬ ਦੇ ਦਿਆਂ ਵਕਤ ਬਚਾਉਣ ਨੇ ਕਹਿੰਦਾ ਇੱਕੋ ਜੁਮਲੇ ਦੱਸ ਤੂੰ ਕੌਣ ਹੈ ਕਹਿ ਜੂ ਦਿੱਤੇ ਕਹਿ ਜੂ ਦਿੱਤੇ ਕਹਿ ਜੂ ਦਿੱਤੇ ਕਹਿ ਦਿੱਤੇ ਵਾਹ 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 ਕਹਿ ਜੂ ਦਿੱਤੇ ਆਲ ਨਬੀ ਦਾ ਨੌਕਰ ਹਾਂ ਜੋ ਹੈ ਹੱਥ ਉਠਾਵੇ ਕਹਿ ਜੋ ਦਿੱਤੇ ਆਲ ਨਬੀ ਦਾ ਨੌਕਰ ਕੁਦਸੀ ਕਾਨੂੰ ਹੋਰ ਵਜ਼ਾਹਤ ਮੰਗਦੇ ਨੇ ਹੋ ਜਾਵੇ ਇੱਕ ਵਾਰ ਇਨਾਇਤ ਡੰਡੀ ਨਹੀਂ ਮਾਰਨੀ ਆਪਣੇ ਅਕੀਦੇ ਨਾਲ ਤੇ ਪੈਰਾਂ ਤੇ ਖਲੋ ਕੇ ਗੱਲ ਕਰਨੀ ਹੈ ਮੌਲਾ ਹੁਸੈਨ ਦਾ ਰੁਤਬਾ ਵੱਡਾ ਹੈ ਜਾਂ ਗੌਸੇ ਆਜ਼ਮ ਦਾ ਰੁਤਬਾ ਵੱਡਾ ਹੈ ਰੁਤਬੇ ਦੇ ਲਿਹਾਜ਼ ਨਾਲ ਜ਼ਾਹਿਰ ਮੌਲਾ ਹੁਸੈਨ ਦਾ ਮਕਾਮ ਵੱਡਾ ਹੈ ਤੇ ਜੇ ਗੌਸ ਦਾ ਧੋਬੀ ਕਵੇ ਫਰਿਸ਼ਤਿਆਂ ਨੂੰ ਵੀ ਮੈਨੂੰ ਤੇ ਹੋਰ ਕੋਈ ਗੱਲ ਨਹੀਂ ਆਉਂਦੀ ਬੋਠੇ ਹੋ ਕੇ ਟੁਰ ਗਏ ਧੋਬੀ ਕਹਿੰਦਾ ਜੀ ਮੈਨੂੰ ਤਾਂ ਨਹੀਂ ਪਤਾ ਮੈਨੂੰ ਰੱਬ ਦੇ ਬਾਰੇ ਜਾਂ ਦੀਨ ਦੇ ਬਾਰੇ ਇਸ ਗੱਲ ਦਾ ਜਵਾਬ ਤਾਂ ਮੈਨੂੰ ਨਹੀਂ ਪਤਾ ਮੈਂ ਤਾਂ ਇੰਨਾ ਜਾਣਨਾ ਮੈਂ ਗੌਸ ਦਾ ਧੋਬੀ ਹਾਂ ਮੈਂ ਅਬਦੁਲ ਕਾਦਰ ਦਾ ਧੋਬੀ ਹਾਂ ਤੇ ਜੇ ਅਬਦੁਲ ਕਾਦਰ ਹੁਸੈਨ ਤੋਂ ਕਮ ਮਕਾਮ ਵਾਲੀ ਸ਼ਖਸੀਅਤ ਦਾ ਧੋਬੀ ਕਹਿ ਕੇ ਛੁੱਟ ਜਾਵੇ ਤੇ ਜੇ ਹੁਸੈਨ ਦਾ ਦੀਵਾਨਾ ਕਹਿ ਛੱਡੇ ਜੀ ਮੈਂ ਆਲੇ ਨਬੀ ਦਾ ਨੌਕਰ ਹਾਂ ਇਸ ਗੱਲ ਤੇ ਸੁਭਾਨ ਅੱਲਾ ਹੋਰ ਵੀ ਉੱਚੀ ਬਣਦੀ ਏ ਤਾਂ ਕਿ ਅਕੀਦਾ ਪੁਖਤਾ ਹੋ ਜਾਏ ਕਹਿ ਜੋ ਦਿੱਤਾ ਆਲ ਨਬੀ ਦਾ ਨੌਕਰ ਹਾਂ ਕਹਿ ਜੋ ਦਿੱਤਾ ਆਲ ਨਬੀ ਦਾ ਨੌਕਰ ਕੁਦਸੀ ਕਾਨੂੰ ਹੋਰ ਵਜ਼ਾਹਤ ਮੰਗਦੇ ਨੇ ਹੋ ਜਾਵੇ ਇੱਕ ਵਾਰ ਇਨਾਇਤ ਮੰਗਦੇ ਹਾਕਿਮ ਮੈਂ ਤੇ
ਉਸ ਨਬੀ ਦਾ ਉਮਤੀਆਂ ਹਾਕਮ ਮੈਂ ਤੇ ਉਸ ਨਬੀ ਦਾ ਉਮਤੀਆਂ ਮੂਸਾ ਜੈਵੀ ਜਿਸ ਦੀ ਨਿਸਬਤ ਮੰਗਦੇ ਹੋ ਜਾਵੇ ਇੱਕ ਵਾਰ।